ਹਾਂਜੀ ਬੇਟਾ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਆਪਣੇ ਸੈਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਵੀਡੀਓ ਆਪਣੀ ਬੇਟਾ ਸਬੰਧਤ ਹੈ ਦਸਵੀਂ ਦੇ ਮੈਥ ਵਿਸ਼ੇ ਨਾਲ ਤਾਂ ਪੇਪਰ ਹੋਣਾ ਬੇਟਾ ਤੁਹਾਡਾ ਮੈਥ ਦਾ ਉਸ ਲਈ ਬੜਾ ਜ਼ਰੂਰੀ ਹੈ ਆਪਾਂ ਪੇਪਰ ਪੈਟਰਨ ਨੂੰ ਸਮਝਣਾ ਤੇ ਮਾਡਲ ਟੈਸਟ ਪੇਪਰ ਹੱਲ ਕਰਨਾ ਤਾਂ ਕਿ ਸਾਨੂੰ ਪਤਾ ਲੱਗ ਜੇ ਵੀ ਕਿਹੋ ਜਿਹੇ ਕੁਐਸਚਨ ਆ ਜਿਹੜੇ ਸਾਡੇ ਪੇਪਰ ਦੇ ਵਿੱਚ ਆ ਸਕਦੇ ਆ ਵੀ ਚਲੋ ਤਾਂ ਭਾਗ ੳ ਦੇ ਵਿੱਚ 30 ਕੁਐਸਚਨ ਹੋਣਗੇ ਇੱਕ ਇੱਕ ਨੰਬਰ ਦੇ ਜਿਦੇ ਵਿੱਚ 16 ਬਹੁ ਵਿਕਲਪੀ 7 ਸਹੀ ਗਲਤ ਦੇ 7 ਖਾਲੀ ਥਾਵਾਂ ਹੋਣਗੀਆਂ ਪੁੱਤ ਉਸ ਤੋਂ ਬਾਅਦ ਭਾਗ ਅੜਾ ਦੇ ਵਿੱਚ ਕੁਐਸਚਨ ਨੰਬਰ 4 ਤੋਂ ਲੈ ਕੇ 7 ਤੱਕ ਦੋ ਦੋ ਅੰਕਾਂ ਵਾਲੇ ਕੁਐਸਚਨ ਹੋਣਗੇ ਭਾਗ ਈ ਡੀ ਤੋਂ ਲੈ ਕੇ 8 ਤੋਂ ਲੈ ਕੇ ਭਾਗ ਈ ਡੀ ਵਿੱਚ ਪ੍ਰਸ਼ਨ ਨੰਬਰ 8 ਤੋਂ 13 ਤੱਕ 6 ਸਵਾਲ ਚਾਰ ਚਾਰ ਅੰਕਾਂ ਦੇ ਹੋਣਗੇ ਜਿਦੇ ਵਿੱਚ ਕਿਸੇ ਤਿੰਨ ਵਿੱਚ ਜਾਂ ਹੋਏਗੀ ਪੁੱਤ ਠੀਕ ਹੈ ਤੇ ਅੰਦਰੂਨੀ ਛੋਟ ਵਾਲਾ ਇੱਕ ਪ੍ਰਸ਼ਨ ਹੈ ਜਿਹੜਾ ਕੇਸ ਸਟਡੀ ਮਤਲਬ ਜਿਹੜਾ ਵੀ ਤੁਹਾਨੂੰ ਕੇਸ ਸਟਡੀ ਵੇਸਟ ਕੁਐਸਚਨ ਹੋਣਾ ਬੇਟਾ ਉਹ ਜਾਂ ਦੇ ਵਿੱਚ ਆਏਗਾ ਉਸ ਤੋਂ ਬਾਅਦ 14 15 ਤੇ 16 ਤਿੰਨ ਕੁਐਸਚਨ ਆ ਜਿਹੜੇ 6 6 ਅੰਕਾਂ ਵਾਲੇ ਹੋਣਗੇ ਜਿਹੜੇ ਕਿ ਤੁਹਾਨੂੰ ਪਤਾ ਹੈ ਕਿਹੜੇ ਚੈਪਟਰਾਂ ਚੋਂ ਆਉਣੇ ਆ ਬੇਟਾ ਕਿਹੜੇ ਚੈਪਟਰਾਂ ਚੋਂ ਆਉਣੇ ਆ ट्रायंगल ਚੈਪਟਰ ਤ੍ਰਿਭੁਜ ਚੱਕਰ ਸਰਕਲ ਪੈਰਾਫਲੀਨਰ ਇਕੇਸ਼ਨ ਇਨ ਟੂ ਵਰੀਏਬਲ ਦੋ ਚਲਨ ਵਾਲੇ ਰੇਖੀ ਸਮੀਕਰਨਾਂ ਦੇ ਜੋੜੇ ਤੇ ਸਟੈਟਸ ਅੰਕੜਾ ਵਿਗਿਆਨ ਠੀਕ ਹੈ ਬੇਟਾ ਚਲੋ ਤਾਂ ਮੈਂ ਨਾਲ ਦੇ ਕੁਐਸਚਨ ਵੀ ਤੁਹਾਨੂੰ ਦੱਸਦਾ ਜਾਊਂਗਾ ਤਾਂ ਬੜਾ ਧਿਆਨ ਨਾਲ ਤੁਸੀਂ ਇਸ ਵੀਡੀਓ ਨੂੰ ਸਮਝਣਾ ਠੀਕ ਹੈ ਬੇਟਾ ਦੋ ਸੰਖਿਆਵਾਂ ਦਾ ਮਮਸ ਸਸਵਾਵਾ ਤੇ ਲਲਸ ਸਵਾ ਦਾ ਗੁਣਫਲ ਕਿਸ ਦੇ ਬਰਾਬਰ ਹੁੰਦਾ ਹੈ ਵੀ ਪ੍ਰੋਡਕਟ ਆਫ ਐਚसीएफ ਐਂਡ ਐਲਸੀਐਮ ਕਿਦੇ ਬਰਾਬਰ ਹੁੰਦਾ ਹੈ ਸੰਖਿਆਵਾਂ ਦੀ ਗੁਣਾ ਪ੍ਰੋਡਕਟ ਆਫ ਅ ਨੰਬਰ ਜਾਂ ਮਲਟੀਪਲੀਕੇਸ਼ਨ ਆਫ ਨੰਬਰਸ ਨੈਕਸਟ ਹੈ ਇਹਨਾਂ ਵਿੱਚੋਂ ਕਿਹੜੀ ਸੰਖਿਆ ਪਰਮੇਸ਼ ਸੰਖਿਆ ਹੈ ਕਿਹੜੀ ਆ ਵੀ ਵਰਗਮੂਲ 9 ਕਿਉਂਕਿ ਕਿਦੇ ਬਰਾਬਰ ਹੁੰਦਾ ਹੈ ਇਹ 3 ਦੇ ਬਰਾਬਰ 3 ਇੱਕ ਪਰमेय ਸੰਖਿਆ ਹੈ ਰੈਸ਼ਨਲ ਨੰਬਰ ਹੈ ਉਸ ਬਾਅਦ ਜੇ α β ਇਸ ਦੇ ਸਿਫਰ ਨੇ ਵੀ α β α β ਮਤਲਬ ਪ੍ਰੋਡਕਟ ਆਫ ਜ਼ੀਰੋ ਸਿਫਰਾਂ ਦੀ ਗੁਣਾ ਕਿਹਦੇ ਬਰਾਬਰ ਹੋਊਗੀ ਵੀ c a ਜੇ ਆਪਾਂ ਨੂੰ ਸਿਫਰਾਂ ਦਾ ਜੋੜ ਪੁੱਛਣਗੇ ਫਿਰ -b a px ax ਦੀ 2 bx c ਦੀਆਂ ਅਧਿਕਤਮ ਸਿਫਰਾਂ ਕਿੰਨੀਆਂ ਹੋਣਗੀਆਂ ਵੀ ਕਿਹੜਾ ਹੈ ਦੋ ਘਾਤੀ ਬੋਪੋਦਾ क्वाड्रेटिक ਪੋਲੀਨੋਮੀਅਲ ਕਿੰਨੀਆਂ ਹੋਣਗੀਆਂ ਮੈਕਸਿਮਮ ਸਿਫਰਾਂ ਵੀ ਮੈਕਸਿਮਮ ਜ਼ੀਰੋ ਵੱਧ ਤੋਂ ਵੱਧ ਸਿਫਰਾਂ ਕਿੰਨੀਆਂ ਹੋਣਗੀਆਂ ਸੌਰੀ ਦੋ ਹੋਣਗੀਆਂ ਕਿੰਨੀਆਂ ਹੋਣਗੀਆਂ ਦੋ ਹੋਣਗੀਆਂ ਪੁੱਤ ਦਿੱਤੇ ਗਏ ਅਲੇਖ ਤੋਂ ਰੇਖੀ ਸਮੀਕਰਨਾਂ ਦੇ ਜੋੜੇ ਦਾ ਕੀ ਹੱਲ ਹੋਏਗਾ ਦੇਖੋ ਹੱਲ ਕਿੱਥੇ ਹੁੰਦਾ ਹੁੰਦਾ ਜਿੱਥੇ ਇਹ ਕੱਟਦੀਆਂ ਨੇ ਕਿੱਥੇ ਕੱਟ ਰਹੀਆਂ ਵੀ ਕਯੂ ਜੋ 4 2 ਤੇ ਇਹ ਕੱਟ ਰਹੀਆਂ ਨੇ ਲਾਸਟ ਆਪਸ਼ਨ ਕਯੂ 4 2 ਇਸ ਦਾ ਕੀ ਹੈ ਹੱਲ ਹੈ उस बात दो घाती समीकरण बारे दसना भी की है ये मूल भी डिस्क्रिमीनेट के ए अपने को दो है बी अपने को माइनस रूट फाइव है, अपने है। सी अपने को वन तो बी स्केयर माइनस हो रहे मतलब माइनस रूट फाइव द स्केयर माइनस फोर इंटू टू इन वन रूट फाइव का स्केयर करा फाइव बन जूगा माइनस माइनस प्लस हो जू चार अठ माइनस कर देंगे कू माइनस तीन ਤਾਂ ਇਹ ਕੀ ਆਊਗਾ ਵੀ વાસ્તਵਿਕ ਮੂਲ ਨਹੀਂ નો ਰੀਅਲ ਰੂਟ ਕੋਈ ਰੀਅਲ ਰੂਟ ਨਹੀਂ ਵੀ ਇਹਦਾ ਇਹਦਾ ਸੰਝਾ ਅੰਤਰ ਕੀ ਹੋਊਗਾ ਵੀ ਇੱਕ ਦੇ ਵਿੱਚੋਂ ਤਿੰਨ ਕੱਢਦਾਂਗੇ ਵੀ ਕਾਮਨ ਡਿਫਰੈਂਸ ਇੱਕ ਦੇ ਵਿੱਚੋਂ ਤਿੰਨ ਕੱਢਦਾਂਗੇ ਨਾ ਆਜੂਗਾ ਮਾਈਨਸ 2 ਤਾਂ ਵੀ ਆਪਸ਼ਨ ਸਹੀ ਬਣ ਜੂਗੀ ਦੋਵੇਂ ਤਰ੍ਹਾਂ ਦੇ ਸਥਿਤ ਕਿਸੇ ਬਿੰਦੂ ਦੇ ਨਿਰਦੇਸ਼ਾਂਕ ਹੀ ਹੋਣਗੇ 0 0 ਕਿਹੜਾ ਬਿੰਦੂ ਆ ਜਿਹੜਾ ਦੋਨਾਂ ਤਰ੍ਹਾਂ ਦੇ ਸਤਤਾ ਵੀ 0 0 ਜਿਹਨੂੰ ਅਸੀਂ ਓਰੀਜਨ ਬੋਲਦੇ ਹਾਂ ਮੂਲ ਬਿੰਦੂ ਬੋਲਦੇ ਹਾਂ sin 2a 2 sin a ਹੁੰਦਾ ਕਦੋਂ ਹੁੰਦਾ ਵੀ ਜਦੋਂ a ਦਾ ਮੁੱਲ ਕੀ ਹੁੰਦਾ ਸਾਡੇ ਕੋਲ 0 ਦਾ ਵੈਲਿਊ ਆਫ a ਮਸਟ ਬੀ 0 ਦਿੱਤੀ ਗਈ ਤੇਰਪੁਰ abc ਵਿੱਚ cos a ਦਾ ਮੁੱਲ ਠੀਕ ਹੈ cos a ਦਾ ਮੁੱਲ ਆਪਾਂ ਦੱਸਣਾ cos a ਇਹ ਦੇ ਸਾਹਮਣੇ ਵਾਲੀ ਜਿਹੜੀ ਸਾਈਡ ਹੋਊਗੀ ਉਹ ਪਰਪੈਂਡੀਗੂਲਰ ਹੋਊਗੀ ਠੀਕ ਹੈ ਇਹ ਦੇ ਸਾਹਮਣੇ ਵਾਲੀ ਸਾਈਡ ਹੈ ਪਰਪੈਂਡੀਗੂਲਰ ਹੈ ਤਾਂ cos a ਹੁੰਦਾ ਜਿਹੜਾ ਉਹ ਹੁੰਦਾ ਬੇਸ अपॉन ਹਾਈਪੋਟਨਿਊਸ ਮਤਲਬ 3/5 ਠੀਕ ਹੈ 3/5 ਅਨਸਰ ਆ ਜਾਵੇ। ਇਹ ਜਿਹੜੀ ਗਿੱਲੀ ਬਣੀ ਹੋਈ ਹੈ ਵੀ ਕੀ ਤੋਂ ਮਿਲ ਕੇ ਬਣੀ ਹੈ ਇੱਕ ਤਾਂ ਸਿਲੰਡਰ ਹੈ ਦੋ ਕੀ ਨੇ ਇਹਦੇ ਵਿੱਚ ਸ਼ੰਕੂ ਠੀਕ ਹੈ ਸਿਲੰਡਰ ਐਂਡ ਟੂ ਕੋਨਸ ਠੀਕ ਹੈ ਦੋ ਸ਼ੰਕੂ ਤੇ ਇੱਕ ਬੇਲਣ ਜੇਕਰ ਚੱਕਰ ਦੀਆਂ ਦੋ ਸਮਾਂਤਰ स्पर्ਸ਼ ਸਰਸ਼ਰ ਖਾਂ ਵਿਚਕਾਰ ਦੀ ਦੂਰੀ 12 ਸੈਂਟੀਮੀਟਰ ਹੋਵੇ ਤਾਂ ਚੱਕਰ ਦਾ ਜਿਹੜਾ ਅਰਧ ਵਿਆਸ ਹੈ ਉਹ ਕਿੰਨਾ ਹੋਗਾ ਦੇਖੋ ਦੋ ਸਮਾਂਤਰ ਖਾਂ ਬਣਾਤੀਆਂ ਸੋਰੀ تمام ترش پارش ਰਖਾਵਾਂ ਇਹਨਾਂ ਵਿਚਕਾਰ ਦੀ ਦੂਰੀ ਠੀਕ ਹੈ ਕਿੰਨੀ ਹੈ ਵੀ 12 ਸੈਂਟੀਮੀਟਰ ਤਾਂ ਅਰਧ ਵਿਆਸ ਇਹਦਾ ਅੱਧਾ ਹੋਊਗਾ ਤਾਂ ਕਿੰਨਾ ਹੋਊਗਾ 6 ਸੈਂਟੀਮੀਟਰ ਓਕੇ ਰੇਡੀਅਸ ਹਾਫ ਹੋਊਗਾ ਨੈਕਸਟ ਹੈ ਵੀ ਜੇਕਰ ਤ੍ਰਿਭੁਜ ABC ਸਮਰੂਪ ਹੈ ਤ੍ਰਿਭੁਜ DEF ਦੇ ਕੋਣ A 47 ਹੈ ਕੋਣ B 83 ਹੈ ਤਾਂ ਕੋਣ F ਕਿੰਨਾ ਹੋਊਗਾ ਚਲੋ ਸਮਰੂਪ ਹੈ ਸਿਮਿਲਰ ਹੈ ਇਹਦਾ ਮਤਲਬ ਕੋਣ A ਕੋਣ D ਦੇ ਬਰਾਬਰ ਹੈ ਕੋਣ B ਕੋਣ E ਦੇ ਬਰਾਬਰ ਹੈ ਕੋਣ C ਕੋਣ ਆਪਾਂ ਫੇਰ ਅੰਬਰ ਹੈ ਮਦਰ ਕੋਣ ਸੀ ਆ ਜਿਹੜਾ ਉਹ ਕੱਢ ਲਓ ਉਹ ਕੋਣ ਐਫ ਹੀ ਹੋਊਗਾ ਤਾਂ ਕੀ ਕਰਾਂਗੇ ਵੀ ਇਹਨਾਂ ਦੋਹਾਂ ਦਾ ਜੋੜ ਕਰਕੇ 180 ਜੋ ਮਾਈਨਸ ਕਰ ਲਾਂਗੇ ਇਹਨਾਂ ਦਾ ਜੋੜ ਆਜੂਗਾ ਪੁੱਤ 130 180 ਜੋ ਮਾਈਨਸ ਕਰਕੇ ਕਿੰਨਾ ਆਜੂਗਾ 50 ਤਾਂ ਕੋਣ ਸੀ 50 ਆਜੂਗਾ ਤੇ ਜੇ ਕੋਣ ਸੀ 50 ਤਾਂ ਕੋਣ ਐਫ ਵੀ 50 ਆਜੂਗਾ ਇੱਕ ਗੇਂਦਬਾਜ਼ ਦੁਆਰਾ 10 ਕ੍ਰਿਕਟ ਮੈਚਾਂ ਵਿੱਚ ਲੰਗੀਆਂ ਵਿਕਟਾਂ ਦੀ ਸੰਖਿਆ ਦਿੱਤੀ ਹੈ ਬੌਲ ਅਕਦਸਨ ਬੌਲਕ ਕਿਹੜਾ ਹੋਊਗਾ ਵੀ ਜਿਹੜਾ ਸਭ ਤੋਂ ਵੱਧ ਵਾਰ ਆਇਆ ਤਾਂ ਇੱਥੇ ਸਭ ਤੋਂ ਵੱਧ ਵਾਰ ਕਿਹੜੀ ਰਕਮ ਆਈ ਹੈ 2 ਤਾਂ ਇਹਨਾਂ ਵਿੱਚ ਮੋੜ ਆ ਜਿਹੜਾ ਬੌਲਕ ਹੈ ਉਹ ਕਿੰਨਾ ਹੈ 2 ਹੈ ਨੈਕਸਟ ਹੈ ਇੱਕ ਬੱਚੇ ਕੋਲ ਜਿਹੜਾ ਪਾਸਾ ਵੀ ਅੰਕਿਤ ਕੀਤੇ ਹੋਏ ਨੇ ਅੱਖਰ A ਪ੍ਰਾਪਤ ਹੋਣ ਦੀ ਗੀਜਮਾ ਹੁਣਾ A ਕਿੰਨੀ ਵਾਰ ਆਇਆ ਇਹਦੇ ਵਿੱਚ 2 ਵਾਰ ਟੋਟਲ ਕਿੰਨੇ ਨੇ ਵੀ 6 ਤਾਂ 2/6 ਮਤਲਬ 1/3 1/3 ਕਿੜੀ ਦੀ ਮਿੰਟਾ ਮਾੜੀ ਸੂਈ ਦੀ ਲੰਬਾਈ 14 ਸੈਂਟੀਮੀਟਰ 5 ਮਿੰਟ ਬਾਰੇ ਤੈਅ ਕੀਤੇ ਜਾਣ ਵਾਲੇ ਖੇਤਰ ਦਾ ਕੋਣ ਤਾਂ 5 ਮਿੰਟ ਵਿੱਚ ਕਿੰਨਾ ਕੋਣ ਤੈਅ ਕਰੂਗਾ ਵੀ 20 ਡਿਗਰੀ ਠੀਕ ਹੈ ਇਹ ਤਾਂ ਇਜ਼ੀ ਹੈ ਨੈਕਸਟ ਹੈ ਸਮੀਕਰਨ x y -5 ਦਾ ਅਲੇਖ x ਤੁਰੇ ਨੂੰ ਕਦੇ ਨਹੀਂ ਕੱਢਦਾ ਜੇ y ਦਾ ਪੁਆਇੰਟ ਆ ਵੀ ਉਹ x ਤੁਰੇ ਦੇ ਸਮਾਂਤਰ ਹੁੰਦਾ ਮਤਲਬ ਉਹ ਨਹੀਂ ਕੱਢਦਾ ਠੀਕ ਹੈ ਇਹ ਸਹੀ ਹੈ ਸਮੀਕਰਨਾਂ ਜਿਹੜੀ ਇਹਦਾ ਡਿਸਕ੍ਰਿਮੀਨੈਂਟ 29 ਹੈ ਦੇਖ ਲੈਂਦੇ ਆਪਾਂ 2x ਦੀ 2 5x 2 b ਦਾ ਸਕੁਅਰ 5 ਦਾ ਸਕੁਅਰ ਅੱਗੇ 4ac 25 25 ਦੇ ਵਿੱਚੋਂ 4 ਨੂੰ 8 2 16 ਮਾਈਨਸ ਕਰਦਾਂਗੇ 9 ਆਜੂ ਤਾਂ ਇਹ ਕਹਿੰਦੇ 29 ਹੈ ਤਾਂ ਇਹ ਫਾਲਸ ਹੈ ਵੀ ਗਲਤ ਹੈ 2 2 2 ਇੱਕ ਅੰਕ ਗਣਿਤਕ ਲੜੀ ਹੈ ਕਿਉਂਕਿ ਸਾਂਝਾ ਅੰਤਰ 0 ਹੈ 10a ਦਾ ਮੁੱਲ ਹਮੇਸ਼ਾ ਇੱਕ ਤੋਂ ਘੱਟ ਹੁੰਦਾ ਹੈ ਗਲਤ ਹੈ ਇੱਕ ਤੋਂ ਵੱਧ ਵੀ ਹੁੰਦਾ ਇੱਕ ਦੇ ਬਰਾਬਰ ਵੀ ਹੁੰਦਾ ਅਰਧ ਗੋਲੇ ਦੀ ਕੁੱਲ ਸਤ੍ਹਾ ਖੇਤਰਫਲ 2πr ਦੀ 2 ਹੁੰਦਾ ਗਲਤ ਹੈ ਕਿੰਨਾ ਹੁੰਦਾ ਪੁੱਤ ਕੁੱਲ ਸਤ੍ਹਾ ਦਾ 3πr ਦੀ 2 ਠੀਕ ਹੈ ਇੱਕ ਪਾਸੇ ਨੂੰ ਛੁੱਟਣ ਤੇ ਟਾਂਗ ਸੰਖਿਆ ਹੁੰਦੀ ਸੰਭਾਵਨਾ 1/2 ਹੁੰਦੀ ਹੈ ਪਰ ਇਹ 3/4 ਕਹਿੰਦੇ ਨੇ ਤਾਂ ਇਹ ਗਲਤ ਹੈ ਚੱਕਰ ਦੇ ਬਾਹਰੀ ਬਿੰਦੂ ਤੋਂ ਸਿਰਫ ਇੱਕ स्पर्ਸ਼ ਰੇਖਾ ਖਿੱਚੀ ਜਾ ਸਕਦੀ ਹੈ ਗਲਤ ਹੈ ਚੱਕਰ ਦੇ ਬਾਹਰੀ ਬਿੰਦੂ ਤੋਂ ਦੋ स्पर्ਸ਼ੇ ਸ਼ਾਮ ਵਿੱਚੋਂ ਜਾ ਸਕਦੀਆਂ ਟੂ ਟੈਂਜੈਂਟਸ ਕੈਨ ਬੀ ਡਰਨ ਫਰਮ ਐਕਸਟਰਨਲ ਪੁਆਇੰਟ ਆਫ ਦਾ ਸਰਕਲ ਜੋ ਦੋ ਸਮੀਕਰਨਾਂ ਦੇ ਅਲੇਖ ਆਪਸ ਵਿੱਚ ਕੱਟਦੇ ਨੇ ਤਾਂ ਸਮੀਕਰਨਾਂ ਦਾ ਜੋੜਾ ਕੀ ਹੁੰਦਾ ਵੀ ਸੰਗਤ ਠੀਕ ਹੈ ਸਾਰੇ ਚੱਕਰ ਕੀ ਹੁੰਦੇ ਆ ਪੁੱਤ सिमिलर ऑल सर्कल्स आर सिमिलर मतलब समरूप ठीक है नेक्स्ट है बिंदु P 2 3 ਦੀ x ਤੁਰੇ ਤੋਂ ਦੂਰੀ x ਤੁਰੇ ਤੋਂ ਦੂਰੀ ਪੁੱਛਣ ਤਾਂ y ਦਾ ਨਿਰਦੇਸ਼ਾਂਕ ਦੱਸਾਂਗੇ y ਦਾ ਨਿਰਦੇਸ਼ਾਂਕ ਕਿੰਨਾ ਵੀ ਇੱਥੇ 3 ਉੱਥੇ ਭਰਾਂਗੇ 3 ਇਕਾਈਆਂ ਠੀਕ ਹੈ ਜੇ y ਤੁਰੇ ਤੋਂ ਦੂਰੀ ਪੁੱਛਦੇ ਸਾਨੂੰ ਫਿਰ ਅਸੀਂ ਕੀ ਦੱਸਦੇ 2 ਇਕਾਈਆਂ ਠੀਕ ਹੈ ਅਰਧ ਵਿਆਸ r ਵਾਲੇ ਅਰਧ ਵਿਆਸੀ ਖੰਡ ਚਾਪ ਦੀ ਲੰਬਾਈ ਕਿੰਨੀ ਹੋਊਗੀ ਜਿਹਦਾ ਕੋਣ pi ਡਿਗਰੀ ਆ ਵੀ ਕਿੰਨੀ ਹੋਊਗੀ pi 360 2 pi r ਇਹ ਚਾਪ ਦੀ ਲੰਬਾਈ ਆ ਤਾਂ 2 pi r ਜੇ ਖੇਤਰਫਲ ਪੁੱਛਦੇ ਤਾਂ pi r ਦੀ 2 ਕਰ ਦੇਣਾ ਸੀ ਜੇ ਅਰਧ ਗੋਲੇ ਦਾ ਅਰਧ ਵਿਆਸ ਜੇ ਗੋਲੇ ਦਾ ਅਰਧ ਵਿਆਸ ਤਿੰਨ ਗੁਣਾ ਕਰ ਦਿੱਤਾ ਜਾਵੇ ਤਾਂ ਉਹਦਾ ਆਇਤਨ ਕਿੰਨੇ ਗੁਣਾ ਹੋ ਜਾਊਗਾ ਵੀ 27 ਗੁਣਾ ਠੀਕ ਹੈ 4 3 pi r ਦੀ ਤਿੰਨ ਹੁੰਦਾ r ਨੂੰ ਆਪਾਂ 3r ਭਰ ਦਿੰਨੇ ਆ 4 3 pi 3r ਦੀ 3 ਤਤਿਓ ਦੀ 927r ਦੀ 3 ਹੋ ਜਾਊਗਾ ਨਾ 27 ਨੂੰ ਆਪਾਂ ਬਾਹਰ ਲਿਖ ਲਾਂਗੇ ਤਾਂ 27 ਗੁਣਾ ਹੋ ਜਾਊ ਇੱਕ ਡੈਸ਼ ਇੱਕ ਕੇਂਦਰੀ ਪ੍ਰਵਰਤੀ ਦਾ ਮਾਪ ਹੈ ਜੋ ਅੰਕੜਿਆਂ ਦੇ ਵਿੱਚ ਵਿਚਕਾਰਲਾ ਮੁੱਲ ਹੁੰਦਾ ਵੀ ਕੌਣ ਹੁੰਦਾ ਅੰਕੜਿਆਂ ਵਿੱਚ ਵਿਚਕਾਰਲਾ ਮੁੱਲ ਮੱਧਕਾ ਇੱਥੇ ਕੀ ਭਰਦਾਂਗੇ ਆਪਾਂ ਮੱਧਕਾ ਅੱਗੇ ਵੀ ਕਿਸੇ ਪ੍ਰਯੋਗ ਦੀਆਂ ਸਾਰੀਆਂ ਆਰੰਭਿਕ ਘਟਨਾਵਾਂ ਦੀਆਂ ਸੰਭਾਵਨਾਵਾਂ ਦਾ ਜੋੜ ਕਿੰਨਾ ਹੁੰਦਾ ਹੈ ਇੱਕ ਹੁੰਦਾ ਹੈ ਇਹ ਸੌਖਾ ਸੀ ਅੱਗੇ ਹੈ ਵੀ 12 15 ਤੇ 21 ਦਾ ਕੀ ਪਤਾ ਕਰੋਗੇ ਕਹਿੰਦੇ एचसीएफ यानी कि महत्तम समापवर्तक गुण गुणनखंड बना लेंगे 12 ਦੇ ਗੁਣਖੰਡ 4 3 12 15 ਦੇ ਗੁਣਖੰਡ 5 3 15 21 ਦੇ ਗੁਣਖੰਡ 7 3 21 ਤਾਂ ਅਸੀਂ ਦੇਖ ਪਾ ਰਹੇ ਇਹਨਾਂ ਦੇ ਸਾਂਝਾ ਗੁਣਖੰਡ 3 ਹੈ ਇਸ ਲਈ ਇਹਨਾਂ ਦਾ महत्तम समापवर्तक ਵੀ 3 ਹੈ ਉਸ ਵਾਰ 2 ਗਾਤੀ ਬੋਪਦ ਜਿਸੇ ਫਿਰ ਪਤਾ ਕਰਨੀ ਹੈ ਤਾਂ ਪਹਿਲਾਂ ਤਾਂ ਇਹਨੂੰ ਆਪਾਂ ਸਹੀ ਕਰਕੇ ਲਿਖ ਲਈਏ 6x ਦੀ 2 7x ਨੂੰ ਗੁਲੇਵਾਂਗੇ -7x 3 0 ਤਾਂ ਗੁਣਾ ਕਰਕੇ ਇਹਨਾਂ ਦੋਹਾਂ ਦੀ ਗੁਣਾ ਹੋਣੀ ਚਾਹੀਦੀ ਹੈ 6 3 18 ਆਪੇ ਗੁਣਾ ਕਰਕੇ ਜੋੜ ਜਾਂ ਘਟਾ ਕਰਕੇ 7 ਆ ਜੀ ਵੀ ਤਾਂ 9 2 18 ਹੁੰਦੇ ਆ 9 'ਚ 2 ਘਟਾ ਦਾਂਗੇ 7 7 ਮੈਨੇ ਦਾ ਇਸ ਕਰਕੇ 9 ਸਾਨੂੰ ਮੈਨੇ ਦਾ ਲੈਣਾ ਪੂ 6x ਦੀ 2 9x 2x 3 0 ਇਹਨਾਂ ਦੋਨੋਂ ਦੇ ਵਿੱਚੋਂ ਕੀ ਸਾਂਝਾ ਕੱਢਾਂਗੇ 3x ਕੱਢਾਂਗੇ ਤਾਂ ਇੱਥੇ ਕੀ ਬਚੂਗਾ ਵੀ 3 2 6 ਹੁੰਦੀ ਹੈ 2x ਵਾਜੂ ਇੱਥੇ ਤਿੰਨ ਆਪਾਂ ਬਾਹਰ ਕੱਢ ਲਿਆ ਦੀ ਉਹਦੇ ਨਾਂ ਹੁੰਦੀ ਹੈ ਤਾਂ 3 ਵਾਜੂ 2x 3 ਅੱਗੇ ਵੀ 2x 3 ਹੀ ਹੈ ਤਾਂ ਇੱਕ ਵਾਰ ਕੱਢ ਲਾਂਗੇ ਕਿਉਂਕਿ ਹੋਰ ਤਾਂ ਕੁਝ ਬਾਹਰ ਨਿਕਲਦਾ ਨਹੀਂ ਠੀਕ ਹੈ ਚਲੋ ਤਾਂ ਇੱਕ ਤਾਂ ਆਪਣੇ ਕੋਲੇ ਬਣ ਗਿਆ ਗੁਣਖੰਡ ਵੀ 3x 1 ਇੱਕ ਬਣ ਗਿਆ 2x 3 ਪਹਿਲਾਂ ਤਾਂ ਐਵੇਂ ਗੁਣਖੰਡ ਬਣਾ ਲਾਂਗੇ ਫਿਰ ਕੀ ਕਰਨਾ ਹੈ ਵੀ ਫਿਰ ਇਹਨੂੰ 0 ਦੇ ਬਰਾਬਰ ਰੱਖਾਂਗੇ 3x 1 0 3x -1 x -1/3 1 ਦਾ 0 ਬਣ ਗਿਆ ਇਹ ਕਹ ਨੂੰ 0 ਰੱਖ ਲਾਂਗੇ ਜਦੋਂ ਇਹਨੂੰ 0 ਰੱਖਾਂਗੇ ਤਾਂ 2x ਸਾਡਾ 3 ਦੇ ਬਰਾਬਰ ਆਜੂ ਤੇ x ਸਾਡਾ ਕਿਤੇ ਬਰਾਬਰ ਆਜੂ ਵੀ 3/2 ਠੀਕ ਹੈ ਤਾਂ ਇਹ ਵੀ ਆਪਾਂ ਸੇਫ ਹਨ ਜਿਹੜੀਆਂ ਇਹਦੀਆਂ ਕੱਢ ਸਕਦੇ ਸੀ ਅੱਗੇ ਵੀ ਕਾਰ ਦੇ ਦੋ ਵਾਈਪਰ ਨੇ ਇੱਕ ਦੂਜੇ ਨੂੰ ਨਹੀਂ ਛੋਂਦੇ ਇੱਕ ਦੀ ਲੰਬਾਈ ਆ ਜਿਹੜੀ ਉਹ 25 ਦਿੱਤੀ ਹੈ 115 ਡਿਗਰੀ ਦੇ ਕੋਣ ਤੇ ਘੁਮ ਕੇ ਸਫਾਈ ਕਰਦਾ ਹਰੇ ਗਿਹੜੇ ਦਾ ਕਿੰਨਾ ਖੇਤਰਫਲਕ ਸਾਫ਼ ਹੁੰਦਾ ਉਹ ਪਤਾ ਕਰਨਾ ਹੈ ਤਾਂ ਆਪਣੇ ਕੋਲ ਫਾਰਮੂਲਾ ਹੁੰਦਾ θ 360 πr² θ 360 2πr ਦੀ 2 θ 115 115 360 π 7 ਭਰ ਦਾਂਗੇ r ਦੀ 2 25 25 ਉਸ ਤੋਂ ਬਾਅਦ ਇਹਦਾ ਇੱਕ ਵਾਰ ਪਰ ਦੁਆਰਾ ਸਾਫ਼ ਹੋਊਗਾ 2 ਨਹੀਂ ਤਾਂ 2 ਨਾਲ ਗੁਣਾ ਕਰਨਾ ਇਹਨੂੰ ਹੱਲ ਕਰ ਲਾਂਗੇ ਬੇਟਾ ਇਹਨਾਂ ਉੱਤਰ ਆਪਣਾ ਆਜੂਗਾ ਅੱਗੇ ਵੀ ਇੱਕ ਬਾਕਸੇ ਵਿੱਚ ਤਿੰਨ ਨੀਲੇ ਦੋ ਚਿੱਟੇ ਤੇ ਚਾਰ ਲਾਲ ਵੰਟੇ ਨੇ ਅਚਾਨਕ ਵੰਟਾ ਬਾਹਰ ਕੱਢਿਆ ਤਾਂ ਕੀ ਸੰਭਾਵਨਾ ਵੀ ਚਿੱਟਾ ਹੈ ਕਿੱਤੇ ਗਿਨੇ ਨੇ 2 ਜਿੱਤੇ ਜਮਾ ਹੁਣਾ 2 ਵਟਾ ਕਿੰਨੇ ਨੇ ਟੋਟਲ ਵੀ 3 3 2 5 3 4 9 2/9 ਠੀਕ ਹੈ ਲਾਲ ਹੈ ਲਾਲ ਕਿੰਨੇ ਨੇ 4 ਤਾਂ ਉਹਦੀ ਕਿੰਨੀ ਹੋ ਜੂਗੀ 4/9 ਪਹਿਲਾ ਪ੍ਰੋਬੈਬਿਲਟੀ ਦੀ ਜਿਹੜੀ ਆਪਣੇ ਕੋਲੇ ਪਰਿਭਾਸ਼ਾ ਦੇ ਵਿੱਚ ਆਪਾਂ ਪੜਦੇ ਆ ਬੇਟਾ ਫਾਰਮੂਲਾ ਉਹ ਲਿਖਣਾ ਅਨੁਕੂਲ ਪ੍ਰਣਾਮਾਂ ਦੀ ਸੰਖਿਆ ਵਟਾ ਕੁੱਲ ਸੰਭਵ ਪ੍ਰਣਾਮਾਂ ਦੀ ਸੰਖਿਆ ਉਸ ਤੋਂ ਬਾਅਦ ਆਹ ਕੁਐਸਚਨ ਆ ਜਿਹੜਾ ਤੁਹਾਡੀ ਇੱਥੇ ਲਿਖਿਆ ਹੋਇਆ ਬਟ ਇਹ ਆਪਾਂ ਪਹਿਲਾਂ ਵੀ ਬਟਾ ਸੌਖਾ ਹੀ ਹੈ ਨਾ ਕੀ ਕਰਨਾ ਪਹਿਲਾਂ ਆਪਾਂ ਡਿਸਕ੍ਰਿਮੀਨੈਂਟ ਕੱਢ ਲਾਂਗੇ ਫਿਰ ਦੱਸਾਂਗੇ ਮੂਲਾਂ ਦੀ ਪ੍ਰਕਿਰਤੀ ਜੇ ਵਾਸਤਵਿਕ ਨੇ ਤਾਂ ਉਹਨਾਂ ਨੂੰ ਪਤਾ ਵੀ ਕਰਨਾ ਠੀਕ ਹੈ ਚਲੋ ਡਿਸਕ੍ਰਿਮੀਨੈਂਟ ਕੱਢ ਕੇ ਦਿਖਾ ਦਿੰਨਾ ਬਾਕੀ ਮੂਲ ਕੱਢਣੇ ਕਿਵੇਂ ਆਉਗਾ ਆਪਾਂ ਪਹਿਲਾਂ ਵੀ ਦੱਸ ਚੁੱਕੇ ਤੁਹਾਨੂੰ ਚਲੋ ਡਿਸਕ੍ਰਿਮੀਨੈਂਟ D b² 4ac b ਇੱਥੇ ਕਿੰਨਾ ਵੀ -2 ਹੈ ਤਾਂ -2 ਦੀ 2 4 a ਕਿੰਨਾ 3 c ਕਿੰਨਾ ਕੋਟਾ ਦੇਣ ਤਿੰਨ ਦਿਨ ਕੈਨਸਲ ਤਾਂ 4 4 ਕਿੰਨਾ ਆ ਗਿਆ ਵੀ 0 ਤਾਂ 0 ਆ ਗਿਆ ਡਿਸਕ੍ਰਿਮੀਨੈਂਟ ਤਾਂ ਇਹਨਾਂ ਮੂਲ ਕੀ ਹੋਣਗੇ ਵਾਸਤਵਿਕ ਹੋਣਗੇ ਤੇ ਬਰਾਬਰ ਹੋਣਗੇ ਠੀਕ ਹੈ ਜਦੋਂ ਬਰਾਬਰ ਮੂਲ ਹੋ ਜਾਂਦੇ ਆ ਤਾਂ ਉਦੋਂ ਆਪਾਂ ਕਿਵੇਂ ਕੱਢਨੇ ਹੁੰਦੇ ਆ x -b 2a ਆ ਹੋਣਗੇ -b ਮਤਲਬ 2 2a ਮਤਲਬ 2 3 ਕੈਨਸਲ ਹੋ ਜੂ 1 3 ਦੋਨੇ ਰੂਟ ਕੀ ਹੋ ਜਾਣਗੇ ਉਹਦੇ 1/3 1/3 ਠੀਕ ਹੈ ਬੇਟਾ ਉਸ ਤੋਂ ਬਾਅਦ ਦੋ ਸੰਖਿਆਵਾਂ ਪਤਾ ਕਰੋ ਜਿਨ੍ਹਾਂ ਦਾ ਜੋੜ 27 ਤੇ ਗੁਣਫਲ 182 ਹੋਵੇ ਇਹ ਵੀ ਸੌਖਾ ਹੀ ਆ ਕਿਹੜੀਆਂ ਹੋਣੀਆਂ 13 ਅਤੇ 14 ਹੋਣੀਆਂ ਕਿਵੇਂ ਪਤਾ ਕਰਨੀਆਂ ਨੇ ਵੀ ਪਰ ਅਦਾ ਇਹ ਤੋਂ ਪੋਲੀਨੋਮੀਅਲ ਬਣਾ ਲਾਂਗੇ x² 27x 182 0 ਹੁਣ ਪਤਾ ਤੇ ਇਹਨਾਂ ਦਾ ਜੋੜ 182 ਬੰਦੀ ਆ ਤੇ ਜੋ ਜੋੜ ਕੇ ਕੀ ਬੰਦ 27 ਤਾਂ ਵਿਚਾਰ ਲੈ ਨੂੰ ਖੋਲ ਲਾਂਗੇ ਇਨਾਂ ਦੇ ਵਿੱਚੋਂ ਕੀ ਸੰਝਾ ਨਿਕਲਦਾ ਵੀ x ਮਗਰ ਕੀ ਬਚ ਗਿਆ x 13 ਇਹਨਾਂ ਦੇ ਵਿੱਚੋਂ 14 ਬਾਹਰ ਕੱਢ ਦਾਂਗੇ ਤਾਂ x 13 ਦੋ ਗੁਣ ਖੰਡ ਬਣ ਗਏ ਇੱਕ ਬਣ ਗਿਆ x 13 ਇੱਕ ਕੀ ਬਣ ਗਿਆ x 14 ਹੁਣ ਕੱਲੇ ਕੱਲੇ ਨੂੰ ਬਰਾਬਰ 0 ਰੱਖ ਦਾਂਗੇ ਜਦੋਂ x 13 ਨੂੰ ਬਰਾਬਰ 0 ਰੱਖਾਂਗੇ ਪੁੱਤ x ਆਪਣੇ ਕੋਲੇ 13 ਆ ਜਾਊਗਾ ਤਾਂ ਦੂਜਾ ਨੰਬਰ ਠੀਕ ਹੈ ਜਦੋਂ x 14 ਨੂੰ ਬਰਾਬਰ ਰੱਖ ਦਾਂਗੇ ਤਾਂ ਦੂਜਾ ਗੱਣਾ ਆਊਗਾ 14 ਓਕੇ ਉਸ ਤੋਂ ਬਾਅਦ 0 ਤੋਂ 50 ਦੇ ਵਿੱਚ ਘਾਟਾਂ ਸੰਖਿਆ ਦਾ ਜੋੜ ਫਲ ਕਰਾ ਕਰੋ ਪਹਿਲਾ AP ਬਣਾ ਲਾਂਗੇ 0 ਤੋਂ 50 ਦੇ ਵਿੱਚਕਾਰ ਢਾਂਕ ਸੰਖਿਆਵਾਂ 1 3 5 ਉੱਪਰ 2 49 ਤੱਕ ਉਹਨਾਂ ਦਾ ਜੋੜ ਫੋਲ ਪਤਾ ਕਰਨਾ ਕਿਹੜਾ ਫਾਰਮੂਲਾ ਲਾਦਾਂਗੇ n/2 2a n 1d ਜਾਂ sn n/2 a l ਉਹ ਵੀ ਲਾ ਸਕਦੇ ਹਾਂ ਕਿਉਂਕਿ ਆਪਣੇ ਕੋਲ ਲਾਸਟ ਟਰਮ ਵੀ ਦਿੱਤੀ ਹੋਈ ਆ n ਕਿੰਨਾ ਹੋਊਗਾ ਵੀ 25 ਠੀਕ ਹੈ ਕਿੰਨੀਆਂ ਸੰਖਿਆਵਾਂ ਨੇ ਇਹਦੇ ਵਿੱਚ ਢਾਂਕ ਸੰਖਿਆਵਾਂ 0 ਤੋਂ 50 ਵਿੱਚਕਾਰ 25 ਠੀਕ ਹੈ ਤਿੰਨ ਅੰਕਾਂ ਦੀ ਕਿੰਨੀਆਂ ਸੰਖਿਆਵਾਂ ਸਤਨਾ ਭਾਗਯੋਗ ਨੇ ਇਹ ਵੀ ਸਿੰਪਲੀ ਐ ਠੀਕ ਐ ਇਹਦੇ ਵਿੱਚ ਵੀ ਕੁਝ ਨਹੀਂ ਹੈ ਤਾਂ ਇਹ ਪਹਿਲਾਂ ਐਪੀ ਬਣਾ ਲਾਂਗੇ ਠੀਕ ਐ ਫਿਰ ਕੀ ਕਰਾਂਗੇ ਵੀ ਅੰਨ ਘਟਾਉਨੇ ਉਸ ਬਾਅਦ ਇਹ ਵਾਲੇ ਕੁਐਸਚਨ ਵੀ ਬੇਟਾ ਆਪਣੀ ਬੁੱਕ ਦੇ ਵਿੱਚੋਂ ਹੀ ਨੇ ਸਾਰੇ ਈਜ਼ੀ ਨੇ ਤੁਸੀਂ ਕਰਕੇ ਵੇਖਿਓ ਨੇ ਆਹ ਵੀ ਆਪਣੀ ਬੁੱਕ ਦੇ ਵਿੱਚੋਂ ਦਵਾਈ ਦੇ ਕੈਪਸੂਲ ਵਾਲਾ ਠੀਕ ਐ ਓਕੇ ਦੇਖੋ ਦੋ ਤਰਧ ਗੋਲੇ ਦੀ ਸਤਹ ਦਾ ਖੇਤਰਫਲ ਕਿਵੇਂ ਨਿਕਲੂ ਇੱਕ ਤਾਂ ਜਿਹੜਾ ਆਪਣਾ ਸਿਲੰਡਰ ਆ ਉਹਦੀ ਬਾਸਮੀ ਸਤਹ ਦਾ ਮਤਲਬ ਕਿੰਨਾ 2 ਪਾਈ r h ਇੱਕ ਦੋ ਅਰਧ ਗੋਲੇ ਨੇ ਤਾਂ 2 2 ਪਾਈ r ਦੀ 2 ਮਤਲਬ 4 ਪਾਈ r ਦੀ ਦੋ ਇੰਨਾ ਬਣ ਜੂਗਾ ਠੀਕ ਆ r ਤੇ h ਆਪਾਂ ਨੂੰ ਦਿੱਤੇ ਹੋਏ ਆ ਕੈਲਕੂਲੇਟ ਕਰ ਲਾਂਗੇ ਇਸ ਫਾਰਮੂਲੇ ਚ ਭਰਨਾ ਬਸ ਕੁਝ ਨਹੀਂ ਕਰਨਾ ਸਾਈ ਨੇ 3/4 ਦਿੱਤਾ ਐਂ ਨਹੀਂ ਕੱਢ ਲਾਂਗੇ ਪਹਿਲਾਂ ਤਾਂ ਜਿਹੜੀਆਂ ਦੋ ਪੰਜਾਬ ਦਿੱਤੀਆਂ ਉਹ ਤਾਂ ਦਿੱਤੀਆਂ ਹੀ ਆ ਤੀਜੀ ਪੂਜਾ ਕੱਢ ਲਾਂਗੇ ਪੁੱਤ ਫੇਰ ਆਪਾਂ ਐਂ ਨਹੀਂ ਕੱਢ ਲਾਂਗੇ ਉਸ ਤੋਂ ਬਾਅਦ ਆ ਤਾਂ ਸਿੱਧਾ ਸੈਕਸ਼ਨ ਫਾਰਮੂਲਾ ਹੀ ਲਾਉਣਾ ਸੀ ਬਾਕੀ ਸਾਰਾ ਕੁਝ ਆਪਾਂ ਦਿੱਤਾ ਹੋਇਆ ਠੀਕ ਹੈ ਉਸ ਤੋਂ ਬਾਅਦ 6-6 ਅੰਕਾਂ ਵਾਲੇ ਪਹਿਲਾ ਗਾ 2000 ਰੁਪਏ ਕਢਾਉਣ ਲਈ ਮੀਨਾ ਇੱਕ ਬੈਂਕ ਵਿੱਚ ਗਈ ਉਸਨੇ ਖਜ਼ਾਨਚੀ ਨੂੰ 50 ਤੇ 100 ਦੇ ਨੋਟ ਦੇਣ ਲਈ ਕਿਹਾ ਮੀਨਾ ਨੇ ਕੁੱਲ 25 ਨੋਟ ਪ੍ਰਾਪਤ ਕੀਤੇ ਮੰਨ ਲਓ 50 ਦੇ x ਨੇ ਤੇ 100 ਦੇ y ਨੇ ਤਾਂ x y ਹੈ ਜਿਹੜਾ ਆਪਣਾ 25 ਹੈ 25 نوٹ ਨੇ ਉਸ ਤੋਂ ਬਾਅਦ ਹੁਣ 2000 ਰੁਪਏ ਕਢਾਉਣੇ ਆ ਵੀ 50 ਵਾਲੇ ਦੇ ਬੈਸਿਕ ਕਿੰਨੇ ਬਣਗੇ 50 100 ਵਾਲੇ ਦੇ ਕਿੰਨੇ ਬਣਨਗੇ 100 ভাই ਟੋਟਲ ਕਿੰਨਾ ਬਣ ਜੂਗਾ 2000 ਆਪਣੇ ਕੋਲ ਦੋ ਸਮੀਕਰਨਾਂ ਬਣ ਗਈਆਂ ਹੱਲ ਕਰਨੀਆਂ ਨੇ ਈਜ਼ੀ ਐ ਠੀਕ ਐ ਉਸ ਤੋਂ ਬਾਅਦ ਆਪਾਂ ਨੋਮੀ ਚ ਵੀ ਕਰ ਚੁੱਕੇ ਬੇਟਾ ਪਹਿਲਾਂ ਆਪਾਂ ਇਹਨਾਂ ਦੇ ਗ੍ਰਾਫ ਖਿੱਚਾਂਗੇ ਪਹਿਲਾਂ ਪੁਆਇੰਟ ਕੱਢ ਲਾਂਗੇ ਫਿਰ ਆਪਾਂ ਗ੍ਰਾਫ ਖਿੱਚ ਦਾਂਗੇ ਉਸ ਤੋਂ ਬਾਅਦ ਇਹਨਾਂ ਰਖਾਵਾਂ ਤੇ x ਤੁਰੇ ਨਾਲ ਜਿਹੜੀ ਤ੍ਰਿਭੁਜ ਬਣੂਗੀ ਉਸ ਦੇ ਨਿਰਦੇਸ਼ਾਂਕ ਪਤਾ ਕਰਨੇ ਉਹ ਤਾਂ ਦੇਖਤੀ ਪਤਾ ਲੱਗ ਜਾਣਗੇ ਗ੍ਰਾਫ ਤੋਂ ਤੇ ਜਿਹੜਾ ਉਹ ਭਾਗ ਹੋਊਗਾ ਉਹਨੂੰ ਛਾਏ ਅੰਕਿਤ ਕਰਨਾ ਮਤਲਬ ਪੈਂਸ਼ਨ ਪੈਂਸ਼ਨ ਨਾਲ ਕੀ ਕਰ ਦੇਣਾ ਸ਼ੇਡ ਉਸ ਤੋਂ ਬਾਅਦ ਥੇਲਸ теоਰਮ ਬਿਲਕੁਲ ਸਿੰਪਲ ਹੈ ਚੱਕਰ ਦੇ ਬਾਰੇ ਬਿੰਦੂ ਤੋਂ स्पर्ਸ਼ਕਾਂ ਦਾ ਮਾ ਬਰਾਬਰ ਹੁੰਦੀਆਂ ਇਹ ਵੀ ਤੁਹਾਨੂੰ ਆਉਂਦੀ ਹੈ ਸਿੰਪਲ ਹੈ ਇਹ ਵੀ ਆਹ ਜਿਹੜੇ xy ਵਾਲੇ ਕੁਐਸਚਨ ਨੇ ਪਤਾ ਕਰਨ ਵਾਲੇ ਇਹ ਇੰਪੋਰਟੈਂਟ ਆ ਬੇਟਾ ਸੌਖੇ ਵੀ ਹੈ ਠੀਕ ਹੈ ਉਸ ਤੋਂ ਬਾਅਦ ਇਹਦੇ ਜਾਂ ਦੇ ਵਿੱਚ ਸੀਗਾ ਮੱਧਮਾਨ ਸਾਖਰਤਾ ਦਰ ਪਤਾ ਕਰੋ ਇਹ ਵੀ ਆਪਾਂ ਪ੍ਰਤੱਖ ਵੀਰੀ ਹੈ ਜਿਹੜੀ ਮਾਧਮਾਨ ਕੱਢਣ ਦੀ ਲਾ ਕੇ ਪਤਾ ਕਰ ਸਕਦੇ ਕੋਈ ਦਿੱਕਤ ਨਹੀਂ ਇਹ ਸਾਰੇ ਕੁਐਸਚਨ ਨੇ ਬਟਾ ਇਹ ਤੁਹਾਡੇ 6 ਅੰਕਾਂ ਵਾਲੇ ਆ ਤੇ ਬੁੱਕ ਚ ਹੋਣ ਮੇਨ ਆ ਜਿਹੜੇ ਤਾਂ ਸੌਖੇ ਨੇ ਉਮੀਦ ਆ ਤੁਹਾਨੂੰ ਹੁੰਦੇ ਹੋਣਗੇ ਇਸੇ ਤਰੀਕੇ ਦਾ ਪੇਪਰ ਆ ਜਿਹੜਾ ਆਪਾਂ ਨੂੰ ਫਾਈਨਲ ਪੁੱਛਿਆ ਜਾ ਸਕਦਾ ਬਟਾ ਥੈਂਕ ਯੂ